ਕੈਨੇਡਾ ਤੋਂ ਆ ਕੇ ਲੁਧਿਆਣਾ ਦੇ ਵਿੱਚ ਕੜੀ ਚੌਲ ਅਤੇ ਜਿਹੜੇ ਰਾਜਮਾਂਹ ਚਾਵਲ ਨੇ ਉਹ ਵੇਚ ਰਿਹਾ। ਹੈਰਾਨੀ ਦੀ ਗੱਲ ਹੈ ਕਿਉਂਕਿ ਪੰਜਾਬ 'ਚ ਜਿਹੜੇ ਨੌਜਵਾਨ ਨੇ ਉਹ ਕੈਨੇਡਾ ਵੱਲ ਨੂੰ ਭੱਜ ਰਹੇ ਨੇ, ਕਹਿੰਦੇ ਨੇ ਇੱਥੇ ਕੰਮ ਨਹੀਂ ਹੈਗਾ, ਲੇਕਿਨ ਉਹ ਕੈਨੇਡਾ ਤੋਂ ਆ ਕੇ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਕੰਮ ਕਰ ਰਹੇ ਨੇ। ਦੇਖੋ ਕਾਠ ਲਗਾਈ ਹੈ ਉਹਨਾਂ ਵੱਲੋਂ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਿਹੜਾ ਇੱਥੇ ਤੁਸੀਂ ਇਹ ਸਮਾਨ ਜਿਹੜਾ ਵੇਚ ਰਹੇ? ਇਹ ਸਰ ਤੁਹਾਨੂੰ 24 ਡੇਜ਼ ਹੋ ਗਿਆ। ਅੱਛਾ, ਕੈਨੇਡਾ ਤੋਂ ਇੱਥੇ ਆਇਓ? ਹਾਂਜੀ। ਇਹੋ ਜਿਹਾ ਕੀ ਹੋ ਗਿਆ, ਲੋਕ ਪੰਜਾਬ ਦੇ ਖਾਸ ਕਰ ਨੌਜਵਾਨ ਅਤੇ ਜਹਾਜ਼ ਭਰ ਭਰ ਕੇ ਰੋਜ਼ ਜਾ ਰਹੇ ਨੇ ਕੈਨੇਡਾ, ਤੁਸੀਂ ਉੱਥੋਂ ਇੱਥੇ ਆ ਗਏ? ਸਰ ਉਹ ਬਸ ਵਾਹਿਗੁਰੂ ਦੀ ਕਿਰਪਾ, ਮਤਲਬ ਉਹਨਾਂ ਵੱਲੋਂ ਸਮੱਤ ਪਈ ਵੀ ਅਸੀਂ ਚਾਹੁੰਦੇ ਮੇਰਾ ਬੇਟਾ ਆ ਪੰਜਾਬੀ ਸਿੱਖੇ। ਅੱਛਾ। ਉਹਨੂੰ ਪੰਜਾਬੀ ਨਹੀਂ ਆਉਂਦੀ, ਉਹ ਇੰਗਲਿਸ਼ ਹੀ ਬੋਲਣ ਲੱਗਿਆ। ਅੱਛਾ। ਅਸੀਂ ਚਾਹੁੰਦੇ ਸੀ ਵੀ ਉਹ ਪੰਜਾਬੀ ਸਿੱਖੇ, ਵੀ ਉਹ ਆਪਣੇ ਰਿਸ਼ਤੇਦਾਰਾਂ ਦਾ ਪਤਾ ਹੋਵੇ ਉਹਨੂੰ, ਮੇਰੇ ਭੈਣ ਭਰਾ ਰਿਸ਼ਤੇਦਾਰ ਮੇਰੀਆਂ ਜੜ੍ਹਾਂ ਕਿੱਥੇ ਨੇ, ਕਲਚਰ ਕੀ ਆ ਸਾਡਾ, ਇਹ ਚੀਜ਼ ਸਿਖਾਉਣ ਲਈ ਉਹਨੂੰ ਇੱਥੇ ਆਏ। ਅਸੀਂ ਸੋਚ ਕੇ ਤਾਂ ਇਹ ਆਏ ਹਾਂ ਵੀ ਨਹੀਂ, ਮੇਰੇ ਬੇਟੇ ਨੂੰ ਇੱਥੇ ਹੀ ਰੱਖਣਾ, ਪੜ੍ਹਾਉਣਾ, ਬਾਕੀ ਉਹ ਜਿੱਥੇ ਜਾਣਾ ਚਾਹੂਗਾ ਉਹ ਜਾ ਸਕਦਾ। ਮੇਰੇ ਮਦਰ ਬਣਾਉਂਦੇ ਨੇ ਸਾਰਾ ਖਾਣਾ। ਅੱਛਾ। ਹਾਂਜੀ, ਅਸੀਂ ਸਿਰਫ ਹੈਲਪ ਕਰਦੇ ਹਾਂ ਉਹਨਾਂ ਦੀ, ਮੈਂ ਮੇਰੀ ਵਾਈਫ ਹੈਲਪ ਕਰਦੇ ਹਾਂ ਉਹਨਾਂ ਦੀ, ਅਤੇ ਮੇਰੇ ਮਦਰ ਬਣਾਉਂਦੇ ਨੇ ਚਪਾਤੀ ਵਗੈਰਾ ਸਭ, ਏ ਟੂ ਜੈਡ ਚੀਜ਼ ਉਹ ਬਣਾਉਂਦੇ। ਤੁਹਾਨੂੰ ਪਤਾ ਜੀ ਕੈਨੇਡਾ ਦਾ ਕਿੰਨਾ, ਸਭ ਤੋਂ ਜ਼ਿਆਦਾ ਕੈਨੇਡਾ ਵੱਲ ਭੱਜਦੇ ਹਾਂ ਕਿ ਕੈਨੇਡਾ ਜਾਈਏ, ਉੱਥੇ ਕੰਮ ਕਰੀਏ, ਅਤੇ ਕੀ ਲੱਗ ਰਿਹਾ ਕਿ ਹੁਣ ਹਾਲਾਤ ਕੀ ਨੇ ਕੈਨੇਡਾ ਦੇ, ਨੌਜਵਾਨਾਂ ਨੂੰ ਜਾਣਾ ਚਾਹੀਦਾ ਜਾਂ ਘੱਟ ਜਾਣਾ ਚਾਹੀਦਾ ਜਾਂ ਪੜ੍ਹ ਲਿਖ ਕੇ ਜਾਂ ਸਕਿੱਲ ਕਰਕੇ? ਮੈਂ ਤਾਂ ਇਹ ਕਹੂੰਗਾ ਕਮਾਉਣ ਲਈ ਜਾਓ ਪਰ ਆਪਣੇ ਦੇਸ਼ ਵਾਪਸ ਆਓ, ਕਮਾ ਕੇ ਆਓ, ਆਪਦਾ ਕੋਈ ਕਾਰੋਬਾਰ ਸ਼ੁਰੂ ਕਰੋ, ਕੁਛ ਵੀ ਛੋਟਾ ਮੋਟਾ, ਕੁਛ ਛੋਟਾ ਵੱਡਾ ਨਹੀਂ ਹੈਗਾ, ਸਭ ਕਾਰੋਬਾਰ ਕਾਰੋਬਾਰ ਹੀ ਹੈ, ਇਹ ਵੀ ਬਿਜ਼ਨਸ ਆ। ਬਿਲਕੁਲ, ਇਹ ਸਾਡਾ ਛੋਟਾ ਜਿਹਾ ਬਿਜ਼ਨਸ ਆ ਬਸ। ਲੱਗਦਾ ਤੁਸੀਂ ਕਿ ਜੇਕਰ ਨੌਜਵਾਨ ਪੰਜਾਬ ਦੇ ਖਾਸ ਤੌਰ 'ਤੇ ਗੱਲ ਕਰੀਏ, ਇੱਥੇ ਰਹਿ ਕੇ ਵੀ ਕੰਮ ਕਰ ਸਕਦੇ ਨੇ, ਕਮਾਈਆਂ ਕਰ ਸਕਦੇ ਨੇ, ਕਿਉਂ ਜਾਂਦੇ ਨੇ ਬਾਹਰ? ਬਿਲਕੁਲ ਹੀ ਕਮਾ ਸਕਦੇ ਹੋ, ਠੀਕ ਹੈ ਜੀ, ਆਪਾਂ ਉਹ ਨਹੀਂ ਕਹਿੰਦੇ ਵੀ ਹਰ ਕੋਈ ਕਮਾ ਸਕਦਾ, ਕਿਸਮਤ ਹੁੰਦੀ ਹੈ ਵੀ, ਹੈ ਨਾ, ਕਿਸੇ ਦਾ ਕੰਮ ਨਹੀਂ ਲੋਟ ਆਉਂਦਾ, ਵਿਚਾਰਾ ਬਹੁਤ ਮਿਹਨਤ ਕਰਦਾ, ਨਹੀਂ ਵੀ ਲੋਟ ਲੱਗਦਾ ਕਿਸੇ ਦਾ, ਹੈ ਨਾ, ਪਰ ਆਪਣੀ ਕਿਸਮਤ ਅਜਮਾਉਣੀ ਚਾਹੀਦੀ ਆਪਾਂ ਨੂੰ, ਆਪਾਂ ਸੰਸਾਰ 'ਤੇ ਆਏ ਹਾਂ, ਆਪਾਂ ਨੂੰ ਕਿਸਮਤ ਆਪਦੀ ਅਜਮਾਉਣੀ ਚਾਹੀਦੀ ਆ, ਕੀ ਪਤਾ ਵਾਹਿਗੁਰੂ ਬਾਂਹ ਫੜੇ ਉੱਥੇ ਆਪਣੀ। ਬਿਲਕੁਲ, ਘਰ ਦੇ ਬਣੇ ਰਾਜਮਾਂਹ ਤੁਸੀਂ ਦੇਖ ਸਕਦੇ ਹੋ। ਹਾਂਜੀ, ਸਰ੍ਹੋਂ ਦੇ ਤੇਲ 'ਚ ਬਣਦੇ ਜੀ ਆਪਣੇ ਘਰ ਦੇ। ਅੱਛਾ, ਇਹ ਸਵਾਦ ਹੀ ਵੱਖਰਾ ਜੀ। ਹਾਂਜੀ ਹਾਂਜੀ, ਬਾਸਮਤੀ ਰਾਈਸ ਵਧੀਆ ਜੀ, ਕਰੋਗੇ ਇਕੱਲਾ ਇਕੱਲਾ ਹੋ ਜਾਂਦਾ। ਬਿਲਕੁਲ, ਰੰਗ ਵੀ ਜੋ ਹੈ ਕੜੀ ਦਾ, ਸਵਾਦ ਜਿਹੜਾ, ਖੁਸ਼ਬੂ ਜਿਹੜੀ ਹੈ ਉਹ ਵੀ ਆ ਰਹੀ ਨੇ ਸਰ ਇਹਦੇ ਵਿੱਚ, ਜੋ ਆਪਾਂ ਨੋਰਮਲ ਮਸਾਲੇ ਘਰ ਵਿੱਚ ਵਰਤਦੇ ਹਾਂ, ਅਸੀਂ ਫੈਮਿਲੀ 'ਚ ਖਾਂਦੇ ਹਾਂ, ਉਹੀ ਬਾਹਰ ਫੈਮਿਲੀ ਨੂੰ ਦਿੰਦੇ ਹਾਂ, ਇਹ ਵੀ ਸਾਡੀ ਫੈਮਿਲੀ ਆ। ਆਹ ਸਾਡੇ ਚਿੱਟੇ ਛੋਲੇ ਨੇ ਪਨੀਰ ਨਾਲ ਨੇ ਜੀ, ਇਹ ਘੱਟ ਹੀ ਨਜ਼ਰ ਆਉਂਦੇ ਨੇ ਲੇਕਿਨ ਤੁਹਾਡੇ ਕੋਲ ਨਜ਼ਰ ਆ ਰਹੇ ਨੇ ਕਿ ਇੱਕ, ਕਿਉਂਕਿ ਕੜੀ ਚੌਲ ਅਤੇ ਰਾਜਮਾਂਹ ਚੌਲ ਤਾਂ ਅਕਸਰ ਅਸੀਂ ਦੇਖੇ ਨੇ, ਇਹ ਛੋਲਿਆਂ ਦੇ ਨਾਲ, ਉਹ ਵੀ ਪਨੀਰ ਦੇ ਨਾਲ। ਕਸਟਮਰ ਡਿਮਾਂਡ 'ਤੇ ਹੈ ਜੀ। ਅੱਛਾ, ਉਹ ਕਸਟਮਰ ਕਈ ਵਾਰ ਕਹਿੰਦੇ ਬੋਰ ਹੋ ਜਾਂਦੇ ਆ ਖਾ ਕੇ, ਵੀ ਐਕਸਟਰਾ ਵੀ ਹੈਗਾ ਸਾਡੇ ਕੋਲ ਪਨੀਰ ਭੁਰਜੀ ਵੀ ਹੈਗੀ ਹੈ, ਪਨੀਰ ਦੀ ਭੁਰਜੀ ਕੁਛ ਵੱਖਰਾ ਤੁਸੀਂ ਲੈ ਕੇ ਆਇਓ। ਹਾਂਜੀ, ਖਤਮ ਹੋ ਚੁੱਕਿਆ ਲੇਕਿਨ ਕਾਫੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸੁਰਕਾਰ ਅਤੇ ਰਹਿਮਤ ਟੀ ਵੀ ਦੇਖ ਰਹੇ ਹੋ ਤੁਸੀਂ, ਅਤੇ ਮੈਂ ਹਾਂ ਕੁਲਬੀਰ ਰਾਹੀ। ਅੱਜ ਇੱਕ ਇਹੋ ਜਿਹੇ ਵੀਰ ਦੀ ਕਹਾਣੀ ਤੁਹਾਨੂੰ ਦਿਖਾਵਾਂਗੇ ਜਿਹੜਾ ਕੈਨੇਡਾ ਤੋਂ ਆ ਕੇ ਲੁਧਿਆਣਾ ਦੇ ਵਿੱਚ ਕੜੀ ਚੌਲ ਅਤੇ ਜਿਹੜੇ ਰਾਜਮਾਂਹ ਚਾਵਲ ਨੇ ਉਹ ਵੇਚ ਰਿਹਾ। ਹੈਰਾਨੀ ਦੀ ਗੱਲ ਹੈ ਕਿਉਂਕਿ ਪੰਜਾਬ 'ਚ ਜਿਹੜੇ ਨੌਜਵਾਨ ਨੇ ਉਹ ਕੈਨੇਡਾ ਵੱਲ ਨੂੰ ਭੱਜ ਰਹੇ ਨੇ, ਕਹਿੰਦੇ ਨੇ ਇੱਥੇ ਕੰਮ ਨਹੀਂ ਹੈਗਾ, ਲੇਕਿਨ ਉਹ ਕੈਨੇਡਾ ਤੋਂ ਆ ਕੇ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਕੰਮ ਕਰ ਰਹੇ ਨੇ। ਦੇਖੋ ਕਾਠ ਲਗਾਈ ਹੈ ਉਹਨਾਂ ਵੱਲੋਂ, ਅਤੇ ਜੋ ਹੈ ਕੜੀ ਚੌਲ, ਰਾਜਮਾਂਹ ਚੌਲ ਅਤੇ ਕੜੀ ਪਕੌੜਾ ਜੋ ਹੈ, ਚਾਟੀ ਦੀ ਲੱਸੀ ਜਿਹੜੀ ਹੈ ਉਹਨਾਂ ਵੱਲੋਂ ਵੇਚੀ ਜਾ ਰਹੀ ਹੈ। ਵੀਰ ਨਾਲ ਗੱਲਬਾਤ ਕਰਾਂਗੇ। ਭਾਅ ਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਨਾਮ ਵੀਰ ਜੀ ਤੁਹਾਡਾ? ਪਰਮਦੀਪ ਸਿੰਘ ਢਿੱਲੋਂ। ਅੱਛਾ, ਢਿੱਲੋਂ ਸਾਹਿਬ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਿਹੜਾ ਇੱਥੇ ਤੁਸੀਂ ਇਹ ਸਮਾਨ ਜਿਹੜਾ ਵੇਚ ਰਹੇ ਹੋ? ਇਹ ਸਰ ਤੁਹਾਨੂੰ 24 ਡੇਜ਼ ਹੋ ਗਿਆ। ਅੱਛਾ, ਅਤੇ ਤੁਸੀਂ ਦੱਸ ਰਹੇ ਸੀ ਤੁਸੀਂ ਕੈਨੇਡਾ ਰਹਿੰਦੇ ਸੀ? ਹਾਂਜੀ। ਅਤੇ ਕੈਨੇਡਾ ਤੋਂ ਇੱਥੇ ਆਇਓ? ਹਾਂਜੀ। ਇਹੋ ਜਿਹਾ ਕੀ ਹੋ ਗਿਆ, ਲੋਕ ਪੰਜਾਬ ਦੇ ਖਾਸ ਕਰ ਨੌਜਵਾਨ ਅਤੇ ਜਹਾਜ਼ ਭਰ ਭਰ ਕੇ ਰੋਜ਼ ਜਾ ਰਹੇ ਨੇ ਕੈਨੇਡਾ, ਤੁਸੀਂ ਉੱਥੋਂ ਇੱਥੇ ਆ ਗਏ? ਸਰ ਉਹ ਬਸ ਵਾਹਿਗੁਰੂ ਦੀ ਕਿਰਪਾ, ਮਤਲਬ ਉਹਨਾਂ ਵੱਲੋਂ ਸਮੱਤ ਪਈ ਵੀ ਅਸੀਂ
ਚਾਹੁੰਦੇ ਮੇਰਾ ਬੇਟਾ ਆ ਪੰਜਾਬੀ ਸਿੱਖੇ, ਉਹਨੂੰ ਪੰਜਾਬੀ ਨਹੀਂ ਆਉਂਦੀ, ਉਹ ਇੰਗਲਿਸ਼ ਹੀ ਬੋਲਣ ਲੱਗਿਆ। ਅੱਛਾ, ਅਸੀਂ ਚਾਹੁੰਦੇ ਸੀ ਵੀ ਉਹ ਪੰਜਾਬੀ ਸਿੱਖੇ, ਵੀ ਉਹ ਆਪਣੇ ਰਿਸ਼ਤੇਦਾਰਾਂ ਦਾ ਪਤਾ ਹੋਵੇ ਉਹਨੂੰ, ਮੇਰੇ ਭੈਣ ਭਰਾ ਰਿਸ਼ਤੇਦਾਰ ਮੇਰੀਆਂ ਜੜ੍ਹਾਂ ਕਿੱਥੇ ਨੇ, ਕਲਚਰ ਕੀ ਆ ਸਾਡਾ, ਇਹ ਚੀਜ਼ ਸਿਖਾਉਣ ਲਈ ਉਹਨੂੰ ਇੱਥੇ ਆਏ। ਕਿੰਨਾ ਸਮਾਂ ਹੋ ਗਿਆ ਸੀ ਮਤਲਬ ਤੁਹਾਨੂੰ ਕੈਨੇਡਾ ਰਹਿੰਦੇ, ਕਦੋਂ ਗਏ ਸੀ ਤੁਸੀਂ? ਸਰ ਅਰਾਊਂਡ ਹੋ ਗਏ ਮੈਨੂੰ 5-5.5 ਸਾਲ। ਹਾਂਜੀ, ਵਰਕ ਪਰਮਿਟ ਗਏ? ਹਾਂਜੀ, ਵਰਕ ਪਰਮਿਟ 'ਤੇ ਸੀ। ਅੱਛਾ, ਉੱਥੇ ਕੀ ਕੰਮ ਕਰਦੇ? ਉੱਥੇ ਵੇਅਰ ਹਾਊਸ 'ਚ ਕੰਮ ਕਰਦੇ ਸੀ। ਹਾਂਜੀ, ਫਿਰ ਵਾਪਸੀ ਇੱਥੇ ਆਇਓ, ਫਿਰ ਦੁਬਾਰਾ ਜਾਓਗੇ ਜਾਂ ਮਤਲਬ ਇੱਥੇ ਵਸਣ ਦਾ ਜਿਹੜਾ ਇਰਾਦਾ? ਨਹੀਂ, ਵਸਣ ਦਾ ਤਾਂ ਇੱਥੇ ਇਰਾਦਾ ਜੀ, ਬਾਕੀ ਵਾਹਿਗੁਰੂ ਨੂੰ ਜੋ ਮਨਜ਼ੂਰ ਆ। ਅੱਛਾ, ਅਸੀਂ ਸੋਚ ਕੇ ਤਾਂ ਇਹ ਆਇਆ ਵੀ ਨਹੀਂ, ਮੇਰੇ ਬੇਟੇ ਨੂੰ ਇੱਥੇ ਰੱਖਣਾ, ਪੜ੍ਹਾਉਣਾ, ਬਾਕੀ ਉਹ ਜੋ ਜਿੱਥੇ ਜਾਣਾ ਚਾਹੂਗਾ ਉਹ ਜਾ ਸਕਦਾ ਵਾ, ਆਪਾਂ ਕੋਈ ਉਹਦੀ। ਕਿੰਨੀ ਕਿੰਨੀ ਏਜ ਦੇ ਬੱਚੇ ਦੀ? 4.5 ਸਾਲ ਦੇ, ਛੋਟੇ, ਹੁਣੇ ਲਾਇਆ ਸਕੂਲ 'ਚ ਉਹ ਇੱਥੇ ਆ ਕੇ। ਅੱਛਾ, ਹਾਂਜੀ, ਅਤੇ ਫਿਰ ਉੱਥੇ ਤੁਸੀਂ ਵੇਅਰ ਹਾਊਸ ਦਾ ਕੰਮ ਕਰਦੇ ਸੀ, ਅਤੇ ਖਾਣ ਪੀਣ ਦਾ ਕੋਈ ਸ਼ੁਰੂਆਤ ਕੀਤੀ ਤੁਸੀਂ ਇੱਥੇ, ਕੀ ਸੋਚ ਕੇ ਕੀਤੀ ਮਤਲਬ? ਇਹ ਸਰ ਇਹ ਸਭ ਮੇਰੇ, ਵੈਸੇ ਅਸੀਂ ਸੋਚ ਰਹੇ ਸੀ ਵੀ ਕੋਈ ਸ਼ੋਪ ਵਗੈਰਾ ਰੈਂਟ 'ਤੇ ਲੈ ਕੇ ਜੂਸ ਬਾਰ ਵਗੈਰਾ ਬਣਾਈਏ, ਹੈ ਨਾ। ਫਿਰ ਮੇਰੇ ਫਰੈਂਡਸ ਵਗੈਰਾ ਨੇ, ਮਤਲਬ ਸਾਡੇ ਫੁੱਫੜ ਜੀ ਨੇ, ਹੈ ਨਾ, ਉਹਨਾਂ ਨੇ ਸਲਾਹ ਦਿੱਤੀ ਵੀ ਤੂੰ ਪਹਿਲਾਂ ਇੱਦਾਂ ਸਟਾਰਟ ਕਰ, ਕੋਈ ਗੱਲ ਨਹੀਂ, ਫਿਰ ਉਸ ਤੋਂ ਬਾਅਦ ਰੱਬ ਮਿਹਰ ਕਰੂਗਾ, ਕੋਈ ਨਹੀਂ, ਸ਼ੋਪ ਵੀ ਫਿਰ ਲੈ ਲਾਂਗੇ। ਪਹਿਲਾਂ ਤੂੰ ਇੱਦਾਂ ਸਟਾਰਟ ਕਰਕੇ ਦੇਖ ਕਿੱਦਾਂ ਦੀ ਮਾਰਕੀਟ ਆ, ਕਿਵੇਂ ਆ। ਫਿਰ ਮੇਰੇ ਮਦਰ ਬਣਾਉਂਦੇ ਨੇ ਸਾਰਾ ਖਾਣਾ। ਅੱਛਾ, ਹਾਂਜੀ, ਅਸੀਂ ਸਿਰਫ ਹੈਲਪ ਕਰਦੇ ਹਾਂ ਉਹਨਾਂ ਦੀ, ਮੈਂ ਮੇਰੀ ਵਾਈਫ ਹੈਲਪ ਕਰਦੇ ਹਾਂ ਉਹਨਾਂ ਦੀ, ਅਤੇ ਮੇਰੇ ਮਦਰ ਬਣਾਉਂਦੇ ਨੇ ਚਪਾਤੀ ਵਗੈਰਾ, ਸਭ A-to-Z ਚੀਜ਼ ਉਹ ਬਣਾਉਂਦੇ ਨੇ। ਤੁਸੀਂ ਮਤਲਬ ਇਕੱਲੇ ਹੀ ਗਏ ਸੀ ਬਾਹਰ, ਮਦਰ ਵਗੈਰਾ ਇੱਥੇ ਸੀ? ਮਦਰ ਹਾਂਜੀ, ਮਦਰ ਇੱਥੇ ਸੀਗੇ, ਮੇਰੀ ਸਿਸਟਰ ਇੱਥੇ ਸੀਗੀ, ਉਹਦੀ ਮੈਰਿਜ ਵੀ ਹੋਈ ਹੈ ਇੱਥੇ, ਪਰ ਉਹ ਹੁਣ ਅਮੈਰੀਕਾ ਚਲੇ ਗਏ, ਅਤੇ ਅਸੀਂ ਵਾਪਸ ਆ ਗਏ, ਬਸ ਮੇਰਾ ਇੱਕੋ ਹੀ ਬੇਟਾ ਸੀ ਇੱਥੇ। ਕਿੱਦਾਂ ਦਾ ਲੱਗਿਆ ਮਤਲਬ ਇੱਕ ਸੜਕ 'ਤੇ ਖਲੋ ਕੇ ਤੁਸੀਂ ਵੇਚ ਰਹੇ ਹੋ? ਇਹ ਵਧੀਆ, ਨੌਜਵਾਨ ਹੋ ਤੁਸੀਂ, ਕਈ ਨਾ ਸ਼ਰਮ ਮਹਿਸੂਸ ਕਰਦੇ ਨੇ, ਲੇਕਿਨ ਤੁਹਾਡਾ ਇੱਕ ਹੌਸਲਾ ਵੇਖਿਆ ਅਸੀਂ ਰੁਕਿਆ ਕਿ ਤੁਸੀਂ ਬੜੀ ਅੱਛੀ, ਸਾਨੂੰ ਲੱਗਿਆ ਕਿ ਨੌਜਵਾਨ ਇੱਕ ਜੋ ਹੈ ਇੱਥੇ ਖੜ ਕੇ ਜੋ ਹੈ ਵੇਚ ਰਹੇ ਨੇ, ਅਤੇ ਕਿੱਦਾਂ ਦਾ ਕੋਈ ਸ਼ਰਮ ਤਾਂ ਮਹਿਸੂਸ ਨਹੀਂ ਹੋਈ ਨਾ? ਨਹੀਂ ਸਰ, ਉਹ ਪਹਿਲਾਂ ਤਾਂ ਹੁੰਦਾ ਹੀ ਆ, ਕੋਈ ਵੀ ਚੀਜ਼ ਆ ਨਾ, ਆਪਾਂ ਪਹਿਲਾਂ ਦੇਖਦੇ ਹਾਂ ਵੀ ਲੋਕ ਆਪਾਂ ਨੂੰ ਅਬਜ਼ਰਵ ਕਿਵੇਂ ਕਰ ਰਹੇ ਨੇ, ਹੈ ਨਾ। ਨਹੀਂ, ਵਧੀਆ ਰਿਸਪੋਂਸ ਦਿੱਤਾ ਪੀਪਲ ਨੇ, ਆਪਣੇ ਲੋਕਾਂ ਨੇ, ਪੰਜਾਬ ਦੇ ਨੇ, ਬਹੁਤ ਵਧੀਆ ਰਿਸਪੋਂਸ ਦਿੱਤਾ ਵਾ, ਵਾਹਿਗੁਰੂ ਦੀ ਮਿਹਰ ਆ ਸਾਡੇ 'ਤੇ। ਅਤੇ ਉਹ ਜਿਹੜੇ ਇੱਥੇ ਦੇ ਨੌਜਵਾਨ, ਤੁਹਾਨੂੰ ਪਤਾ ਜੀ ਕੈਨੇਡਾ ਦਾ ਕਿੰਨਾ, ਸਭ ਤੋਂ ਜ਼ਿਆਦਾ ਕੈਨੇਡਾ ਵੱਲ ਭੱਜਦੇ ਆ ਕਿ ਕੈਨੇਡਾ ਜਾਈਏ, ਉੱਥੇ ਕੰਮ ਕਰੀਏ, ਅਤੇ ਕੀ ਲੱਗ ਰਿਹਾ ਕਿ ਹੁਣ ਹਾਲਾਤ ਕੀ ਨੇ ਕੈਨੇਡਾ ਦੇ, ਨੌਜਵਾਨਾਂ ਨੂੰ ਜਾਣਾ ਚਾਹੀਦਾ ਜਾਂ ਘੱਟ ਜਾਣਾ ਚਾਹੀਦਾ ਜਾਂ ਪੜ੍ਹ ਲਿਖ ਕੇ ਜਾਂ ਸਕਿੱਲ ਕਰਕੇ? ਮੈਂ ਤਾਂ ਇਹ ਕਹੂੰਗਾ ਕਮਾਉਣ ਲਈ ਜਾਓ, ਪਰ ਆਪਣੇ ਦੇਸ਼ ਵਾਪਸ ਆਓ, ਕਮਾ ਕੇ ਆਓ, ਆਪਦਾ ਕੋਈ ਕਾਰੋਬਾਰ ਸ਼ੁਰੂ ਕਰੋ, ਕੁਛ ਵੀ ਛੋਟਾ ਮੋਟਾ, ਕੁਛ ਛੋਟਾ ਵੱਡਾ ਨਹੀਂ ਹੈਗਾ, ਸਭ ਕਾਰੋਬਾਰ ਕਾਰੋਬਾਰ ਹੀ ਹੈ, ਇਹ ਵੀ ਬਿਜ਼ਨਸ ਆ। ਬਿਲਕੁਲ, ਇਹ ਸਾਡਾ ਛੋਟਾ ਜਿਹਾ ਬਿਜ਼ਨਸ ਆ, ਬਸ ਕੱਲ੍ਹ ਨੂੰ ਗਰੋ ਕਰੂਗਾ, ਵੱਡਾ ਹੋ ਜੂਗਾ, ਇੱਦਾਂ ਹੀ ਹੈ। ਮੈਂ ਇਹ ਚਾਹੁੰਦਾ ਵੀ ਜਿਹੜੇ ਨੌਜਵਾਨ ਨੇ ਸਾਡੇ, ਕਮਾਉਣ, ਪੜ੍ਹਨ ਲਿਖਣ, ਜਿੱਥੇ ਮਰਜ਼ੀ ਜਿਹੜੇ ਮਰਜ਼ੀ ਦੁਨੀਆ ਦੇ ਕੋਨੇ 'ਤੇ ਜਾਣ, ਪੜ੍ਹਨ ਲਿਖਣ, ਕਮਾਉਣ, ਪਰ ਆਪਦੇ ਦੇਸ਼ ਨੂੰ ਨਾ ਭੁੱਲਣ, ਆਪਦੇ ਦੇਸ਼ 'ਚ ਵਾਪਸ ਆਉਣ। ਸੁੱਖ ਸੁਵਿਧਾਵਾਂ ਕੈਨੇਡਾ ਦੀ ਗੱਲ ਕਰੀਏ, ਉੱਥੇ ਜ਼ਿਆਦਾ ਤੁਹਾਨੂੰ ਮਿਲੀਆਂ ਸੀ ਕਿ ਇੱਥੇ ਲੱਗ ਰਿਹਾ ਕਿ ਘਰ ਆ ਕੇ ਇੱਕ ਇੱਕ ਰਾਹਤ ਖੁਸ਼ੀ ਮਿਲ ਰਹੀ ਹੈ? ਘਰ ਦਾ ਸਕੂਨ ਜੋ ਹੈ ਨਾ, ਉਹ ਘਰ ਦਾ ਸਕੂਨ ਹੀ ਆ, ਠੀਕ ਆ। ਸੁੱਖ ਸੁਵਿਧਾਵਾਂ ਹੈਗੀਆਂ ਨੇ ਉੱਥੇ, ਇਹ ਨਹੀਂ ਕਹਿੰਦੇ, ਉਹ ਦੇਸ਼ ਵੀ ਚੰਗੇ ਆ, ਬਹੁਤ ਚੰਗੇ ਨੇ, ਠੀਕ ਆ। ਜੋ ਖੁਸ਼ੀ ਆਪਦੇ ਘਰ ਆ ਕੇ ਮਿਲਦੀ ਆ, ਉਹ ਚੀਜ਼ ਬਸ ਆਪਦੇ ਘਰ ਦੀ ਆ, ਉਹ ਫੀਲ ਹੀ ਵੱਖਰਾ, ਉਹ ਐਕਸਪਲੇਨ ਨਹੀਂ ਕਰ ਸਕਦੇ ਆਪਾਂ ਨਾ, ਉਹ ਇੱਦਾਂ ਹੀ ਮਾਂ ਦੇ ਕੋਲ, ਪਿਓ ਦੇ ਕੋਲ ਘਰ ਬੈਠੇ ਹੋ, ਘਰ ਦਾ ਪੱਕਾ ਖਾ ਰਹੇ ਹੋ, ਉੱਥੇ ਦੇ ਇੱਕ ਮਿਹਨਤ ਮਜ਼ਦੂਰੀ ਵਾਲਾ ਕੰਮ ਵੀ ਬੰਦੇ ਕਰਦੇ ਆ ਇੱਥੇ ਜਾ ਕੇ, ਹੈ ਨਾ। ਸਵੇਰ ਚਲੇ ਜਾਓ, ਸ਼ਾਮ ਨੂੰ ਆ ਜਾਓ, ਜਾਂ ਨਾਈਟ ਸ਼ਿਫਟ ਆ, ਇੱਕ ਦੀ ਡੇ ਸ਼ਿਫਟ ਆ, ਬਸ ਬੱਚੇ ਇੱਦਾਂ ਹੀ ਪਲਦੇ ਆ ਜੀ ਉੱਥੇ, ਦਿਨੇ ਬਾਪੂ ਸਾਂਭਦਾ ਜਾਂ ਮਾਤਾ ਸਾਂਭਦੀ ਆ, ਰਾਤ ਨੂੰ ਹਸਬੈਂਡ ਜਾਂ ਵਾਈਫ ਕੋਈ ਵੀ ਇੱਕ ਕੰਮ 'ਤੇ ਜਾਂਦਾ, ਦਿਨੇ ਕੋਈ ਜਿਹੜਾ ਘਰੇ ਆ ਉਹ ਰਾਤ ਨੂੰ ਕੰਮ 'ਤੇ ਜਾਂਦਾ, ਜਿਹੜਾ ਰਾਤ ਨੂੰ ਘਰੇ ਆ ਉਹ ਦਿਨੇ ਕੰਮ 'ਤੇ ਜਾਂਦਾ, ਇਹੀ ਆ ਜੀ ਉੱਥੇ ਲਾਈਫ।
ਲੱਗਦਾ ਤੁਸੀਂ ਕਿ ਜੇਕਰ ਨੌਜਵਾਨ ਪੰਜਾਬ ਦੇ ਖਾਸ ਤੌਰ 'ਤੇ ਗੱਲ ਕਰੀਏ, ਇੱਥੇ ਰਹਿ ਕੇ ਵੀ ਕੰਮ ਕਰ ਸਕਦੇ ਨੇ, ਕਮਾਈਆਂ ਕਰ ਸਕਦੇ ਨੇ, ਕਿਉਂ ਜਾਂਦੇ ਨੇ ਬਾਹਰ? ਬਿਲਕੁਲ ਹੀ ਕਮਾ ਸਕਦੇ ਹੋ, ਠੀਕ ਆ ਜੀ, ਆਪਾਂ ਉਹ ਨਹੀਂ ਕਹਿੰਦੇ ਵੀ ਹਰ ਕੋਈ ਕਮਾ ਸਕਦਾ, ਕਿਸਮਤ ਹੁੰਦੀ ਹੈ ਵੀ, ਹੈ ਨਾ, ਕਿਸੇ ਦਾ ਕੰਮ ਨਹੀਂ ਲੋਟ ਆਉਂਦਾ, ਵਿਚਾਰਾ ਬਹੁਤ ਮਿਹਨਤ ਕਰਦਾ, ਨਹੀਂ ਵੀ ਲੋਟ ਲੱਗਦਾ ਕਿਸੇ ਦਾ, ਹੈ ਨਾ, ਪਰ ਆਪਣੀ ਕਿਸਮਤ ਅਜਮਾਉਣੀ ਚਾਹੀਦੀ ਆਪਾਂ ਨੂੰ, ਆਪਾਂ ਸੰਸਾਰ 'ਤੇ ਆਏ ਹਾਂ, ਆਪਾਂ ਨੂੰ ਕਿਸਮਤ ਆਪਦੀ ਅਜਮਾਉਣੀ ਚਾਹੀਦੀ ਆ, ਕੀ ਪਤਾ ਵਾਹਿਗੁਰੂ ਬਾਂਹ ਫੜੇ ਉੱਥੇ ਆਪਣੀ। ਹਾਂਜੀ, ਅਸੀਂ ਚਾਹਾਂਗੇ ਕੀ ਸਮਾਨ ਤੁਸੀਂ ਲੈ ਕੇ ਆਏ ਉਹ ਵੀ ਦਿਖਾਓ ਥੋੜ੍ਹਾ ਜਿਹਾ। ਆਪਣੇ ਕੋਲ ਰਾਜਮਾ ਹੁੰਦੇ ਨੇ, ਜੰਮੂ ਰਾਜਮਾ ਹੁੰਦੇ ਨੇ। ਅੱਛਾ, ਹਾਂਜੀ, ਬਿਲਕੁਲ ਘਰ ਦੇ ਬਣੇ ਰਾਜਮਾ ਤੁਸੀਂ ਦੇਖ ਸਕਦੇ ਹੋ। ਹਾਂਜੀ, ਸਰੋਂ ਦੇ ਤੇਲ 'ਚ ਬਣਦੇ ਜੀ ਆਪਣੇ ਘਰ ਦੇ। ਅੱਛਾ, ਸਵਾਦ ਹੀ ਵੱਖਰਾ ਜੀ। ਹਾਂਜੀ, ਟੇਸਟ ਵੱਖਰਾ ਹੀ ਇਹਨਾਂ ਦਾ, ਬਾਸਮਤੀ ਰਾਈਸ ਹੁੰਦੇ ਸਰ। ਅੱਛਾ, ਹਾਂਜੀ, ਬਾਸਮਤੀ ਰਾਈਸ ਵਧੀਆ, ਐਂ ਕਰੋਗੇ ਇਕੱਲਾ ਇਕੱਲਾ ਹੋ ਜਾਂਦਾ ਜੀ। ਬਿਲਕੁਲ ਸਾਫ ਸੁਥਰਾ ਖਾਣਾ ਜਿਹੜਾ ਘਰ ਦਾ ਬਣਿਆ, ਪਕੌੜੇ ਵੀ ਭਰੇ ਹੋਏ ਨਜ਼ਰ ਆ ਰਹੇ ਨੇ, ਬਿਲਕੁਲ ਜੋ ਹੈ ਲੱਗ ਚੁੱਕੀ ਹੈ। ਹਾਂ ਨਹੀਂ, ਬਿਲਕੁਲ ਰੰਗ ਵੀ ਜੋ ਹੈ ਕੜੀ ਦਾ, ਸਵਾਦ ਜਿਹੜਾ, ਖੁਸ਼ਬੂ ਜਿਹੜੀ ਹੈ ਉਹ ਵੀ ਆ ਰਹੀ ਨਜ਼ਾਰੇ ਦੇ ਵਿੱਚ। ਜੋ ਆਪਾਂ ਨੋਰਮਲ ਮਸਾਲੇ ਘਰ ਵਿੱਚ ਵਰਤਦੇ ਹਾਂ, ਅਸੀਂ ਫੈਮਿਲੀ 'ਚ ਖਾਂਦੇ ਹਾਂ, ਉਹੀ ਬਾਹਰ ਫੈਮਿਲੀ ਨੂੰ ਦਿੰਦੇ ਹਾਂ, ਇਹ ਵੀ ਸਾਡੀ ਫੈਮਿਲੀ ਆ, ਜੇ ਹੈਲਦੀ ਹੋਣਗੇ ਤਾਂ ਹੀ ਖਾਣਗੇ। ਆਹ ਸਾਡੇ ਚਿੱਟੇ ਛੋਲੇ ਨੇ ਪਨੀਰ ਨਾਲ ਨੇ ਜੀ, ਇਹ ਘੱਟ ਹੀ ਨਜ਼ਰ ਆਉਂਦੇ ਨੇ, ਲੇਕਿਨ ਤੁਹਾਡੇ ਕੋਲ ਨਜ਼ਰ ਆ ਰਹੇ ਨੇ ਕਿ ਇੱਕ, ਕਿਉਂਕਿ ਕੜੀ ਚੌਲ ਅਤੇ ਰਾਜਮਾ ਚੌਲ ਤਾਂ ਅਕਸਰ ਅਸੀਂ ਦੇਖੇ ਨੇ। ਹਾਂਜੀ, ਛੋਲਿਆਂ ਦੇ ਨਾਲ, ਉਹ ਵੀ ਪਨੀਰ ਦੇ ਨਾਲ, ਕਸਟਮਰ ਡਿਮਾਂਡ 'ਤੇ ਹੈ ਜੀ। ਅੱਛਾ, ਉਹ ਕਸਟਮਰ ਕਈ ਵਾਰ ਕਹਿੰਦੇ ਬੋਰ ਹੋ ਜਾਂਦੇ ਆ ਖਾ ਕੇ, ਵੀ ਐਕਸਟਰਾ ਵੀ ਹੈਗਾ ਸਾਡੇ ਕੋਲ, ਪਨੀਰ ਭੁਰਜੀ ਵੀ ਹੈਗੀ ਹੈ, ਪਨੀਰ ਦੀ ਭੁਰਜੀ, ਕੁਛ ਵੱਖਰਾ ਤੁਸੀਂ ਲੈ ਕੇ ਆਇਓ। ਹਾਂਜੀ, ਖਤਮ ਹੋ ਚੁੱਕਿਆ, ਲੇਕਿਨ ਕਾਫੀ। ਹਾਂਜੀ, ਅਤੇ ਮਤਲਬ ਜਦੋਂ ਗ੍ਰਾਹਕ ਆਉਂਦੇ ਨੇ ਜਿਹੜੇ ਅੱਜ ਖਾ ਕੇ ਗਏ ਨੇ, ਕੱਲ੍ਹ ਨੂੰ ਆਉਂਦੇ ਨੇ, ਕਿੰਨੀ ਕੁ ਤਾਰੀਫ ਕਰਦੇ ਨੇ? ਹਾਂਜੀ ਸਰ, ਬਹੁਤ ਸਲਾਹੁੰਦੇ ਨੇ, ਕਹਿੰਦੇ ਬਹੁਤ ਸਵਾਦ ਆ, ਹਰ ਕੋਈ ਇਹੀ ਖਾ ਕੇ ਵੀ ਇਹੀ ਕਹਿ ਕੇ ਜਾਂਦਾ, ਹਾਂਜੀ ਸਰ ਬਹੁਤ ਸਵਾਦ ਆ, ਤੁਹਾਡਾ ਖਾਣਾ ਬਹੁਤ ਸਵਾਦ ਆ, ਉਹਨਾਂ ਨੂੰ ਦੱਸਦੇ ਸਾਡੇ ਮਦਰ ਬਣਾਉਂਦੇ ਨੇ। ਬਿਲਕੁਲ, ਅਸੀਂ ਚਾਹਾਂਗੇ ਇੱਕ ਵਾਰੀ ਤੁਸੀਂ ਇੱਥੇ ਦਾ ਐਡਰੈਸ ਜ਼ਰੂਰ ਦੱਸੋ, ਜਿਹੜੇ ਲੋਕ ਇੱਥੋਂ ਲੰਘਦੇ ਨੇ ਜਾਂ ਜੋ ਸਾਡੇ ਚੈਨਲ ਨਾਲ ਜੁੜੇ ਹੋਏ ਨੇ, ਲੋਕ ਦੇਖਦੇ ਪਏ ਨੇ ਤੁਹਾਨੂੰ, ਉਹ ਤੁਹਾਡੇ ਤੱਕ ਆਉਣ, ਤੁਹਾਡਾ ਹੌਸਲਾ ਵੀ ਵਧਾਉਣ ਅਤੇ ਸਵਾਦ ਵੀ ਜੋ ਹੈ ਚੱਕ ਕੇ ਜਾਣ। ਇਹ ਸਰ ਆਪਣਾ ਜੇ ਬਲੋਕ ਵਾਲਾ ਅੰਡਰਗਰਾਊਂਡ ਵਿੱਚ ਪਾਰ ਕਰਕੇ ਜਦੋਂ ਆਪਾਂ ਫਿਰੋਜ਼ਪੁਰ ਨੂੰ ਜਾਂਦੇ ਹਾਂ, ਉੱਥੇ ਲੈਫਟ ਸਾਈਡ ਦੇ ਉੱਤੇ ਹੀ ਆ ਜੇ ਬਲੋਕ ਵਾਲੇ ਕੱਟ ਤੋਂ, ਜਸਟ ਮਤਲਬ ਹੋਊਗਾ 100 ਕੁ ਮੀਟਰ, 150 ਮੀਟਰ। ਕੀ ਕਹਿਣਾ ਚਾਹੋਗੇ ਲੁਧਿਆਣਾ ਦੇ ਲੋਕਾਂ ਨੂੰ, ਕੀ ਕਹਿਣਾ ਚਾਹੋਗੇ ਜਿਹੜੇ ਇੱਥੇ ਆਉਣ? ਹੈਲਦੀ ਫੂਡ ਖਾਓ, ਆਓ ਟੇਸਟ ਕਰੋ, ਵਧੀਆ ਲੱਗੂ ਜ਼ਰੂਰ ਖਾਓ। ਬਿਲਕੁਲ, ਜੋ ਅਸੀਂ ਇਹ ਸਨਵੀਰ ਜਿਹੜੇ ਕੈਨੇਡਾ ਤੋਂ ਜਿਹੜੇ ਆਏ ਨੇ, ਅਤੇ ਇੱਥੇ ਆ ਕੇ ਉਹਨਾਂ ਵੱਲੋਂ ਇੱਕ ਕਾਠ ਲਗਾਈ ਗਈ ਹੈ, ਰਾਜਮਾਂਹ ਚੌਲ, ਕੜੀ ਚੌਲ ਜੋ ਹੈ ਇੱਥੇ ਵੇਚੇ ਜਾ ਰਹੇ ਨੇ, ਅਤੇ ਉਹ ਕਹਿ ਰਹੇ ਨੇ ਕਿਸਮਤ ਜ਼ਰੂਰ ਅਜਮਾਉਣੀ ਚਾਹੀਦੀ ਹੈ, ਬਾਹਰ ਜਿਹੜੇ ਲੋਕ ਜਾ ਰਹੇ ਨੇ ਜਾ ਸਕਦੇ ਨੇ, ਲੇਕਿਨ ਉੱਥੇ ਕਮਾਈਆਂ ਕਰਕੇ ਆਪਣੇ ਘਰ ਵਾਪਸ ਆਉਣ, ਜੋ ਸਕੂਨ ਘਰ ਦੇ ਵਿੱਚ ਹੈ ਉਹ ਬਾਹਰ ਜੋ ਹੈ ਬਿਲਕੁਲ ਨਹੀਂ ਮਿਲ ਸਕਦਾ। ਲੇਕਿਨ ਇਹਨਾਂ ਦੇ ਹੌਸਲੇ ਨੂੰ ਵੀ ਦਾਦ ਦੇਣੀ ਹੋਈ ਹੈ ਕਿ ਜੋ ਹੈ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਲਗਾਤਾਰ ਬਾਹਰ ਜਾ ਰਹੇ ਨੇ, ਲੇਕਿਨ ਇਹ ਵੀਰ ਜਿਹੜਾ ਹੈ ਕੈਨੇਡਾ ਤੋਂ ਵਰਕ ਪਰਮਿਟ 'ਤੇ ਉੱਥੇ ਗਏ ਸੀ, ਕੰਮ ਕੀਤਾ ਉੱਥੇ, ਕੁਛ ਪੈਸਾ ਵੀ ਕਮਾ ਕੇ ਆਏ ਨੇ, ਚਲੋ ਉਹਨਾਂ ਨੇ ਛੋਟਾ ਕੰਮ ਸ਼ੁਰੂ ਕੀਤਾ, ਲੇਕਿਨ ਪੈਰ ਜਮਾ ਰਹੇ ਨੇ ਇੱਥੇ, ਅਤੇ ਉਹਨਾਂ ਨੂੰ ਉਮੀਦ ਹੈ ਕਿ ਅੱਗੇ ਜਾ ਕੇ ਉਹ ਹੁਣ ਕਾਰਟ ਲਗਾ ਕੇ ਖੜ੍ਹੇ ਨੇ, ਅਤੇ ਅੱਗੇ ਜਾ ਕੇ ਦੁਕਾਨ ਜਿਹੜੀ ਹੈ ਉਹ ਵੀ ਖੋਲ੍ਹਣਗੇ, ਅਤੇ ਖਾਸ ਗੱਲ ਉਹਨਾਂ ਨੇ ਕਹੀ ਹੈ ਆਪਣੇ ਬੱਚੇ ਦੇ ਲਈ ਵੀ ਉਹ ਇੱਥੇ ਵਾਪਸ ਆਏ ਨੇ, ਕਿ ਬੱਚੇ ਨੂੰ ਪੰਜਾਬੀ ਨਾਲ ਜੋੜਨਾ ਚਾਹੁੰਦੇ ਨੇ, ਅਤੇ ਇੱਥੇ ਆ ਕੇ ਪੰਜਾਬੀ ਸਕੂਲ ਦੇ ਵਿੱਚ ਉਹਨੂੰ ਪੜ੍ਹਾ ਰਹੇ ਨੇ, ਅਤੇ ਪੰਜਾਬੀ ਮਾਂ ਬੋਲੀ ਜਿਹੜੀ ਹੈ ਉਹਨੂੰ ਸਿਖਾਉਣ ਦੀ ਉਹਨਾਂ ਦਾ ਕੋਸ਼ਿਸ਼ ਹੈ, ਕਿ ਬੱਚਾ ਜਿਹੜਾ ਆਪਣੀ ਮਾਤਰ ਭਾਸ਼ਾ ਦੇ ਨਾਲ ਜੁੜਿਆ ਰਹੇ, ਅਤੇ ਜਿਹੜੇ ਪੰਜਾਬ ਦੇ ਨਾਲ ਜੁੜਿਆ ਰਹੇ, ਕਲਚਰ ਦੇ ਨਾਲ ਜੁੜਿਆ ਰਹੇ, ਤਾਂ ਕਿ ਉਹ ਪੰਜਾਬੀ ਜਿਹੜਾ ਪੂਰੀ ਤਰ੍ਹਾਂ ਬਣ ਸਕੇ। ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਜ, ਸੁਰਕਾਬ ਤੇ ਰਹਿਮਤ ਟੀਵੀ, ਲੁਧਿਆਣਾ।